हाँ जी सत श्रीकाल जी सारों वेलकम टू माई ऑफिशियल यूट्यूब चैनल मिक्सिंग ब्लॉग। उम्मीद करता तुम सारे जन वधिया होंगे। तो कल अपना पर्स अपनी डिलीवरी है, तो कल तड़के अर्ली मॉर्निंग निकलेंगे। तो हूँ आप गुरुद्वारे चलते हैं जी, मत्था टेक के आने, क्योंकि तड़के जाया नहीं जाना गा। तो ग्रोसरी मैं ऑलरेडी कर लिया हैगी, गुरुद्वारे तो वापस जाके रोटी पानी बनाना है कल वास्ते जो लैके जाना है। सो चलो चलते हैं जी, चैनल में लाइक शेयर कॉमेंट तो सबसक्राइब जरूर कर लें। जी आ घर आ गए जी, आप तड़के का सारा समान कट रखे। इधर आप तड़का लाना है, तो इधर आप राजमा तर रखे बन लई, तो एक राजमा तो एक आप गोभी की सब्जी, दो सब्जियां बना के लेके जानी है। तो इस बाद आप राइस बनाने, दैट्स इट, बस इन चीज़ा आप लेके जाने ट्रक से। सो करते हैं कुकिंग। सत श्रीकाल जी सारों। सो टाइम हो गया जी 8 बज गया, तो टाइम वोटम आए थे घर, टाइम नहीं लगे चाह बना, तो टाइम तो चाह फड़ के सीधा इतों काम से निकल जाना है। सो आयो चाह लें, नाले चलते काम। हाई, कैन आई गेट वन मीडियम स्टीप टी, 3 क्रीम 2 शुगर and one English muffin, egg and cheese. Okay, yeah. That's it. Okay. Thank you. हाँ जी टाइम हो गया जी, दोपहर के 12 बज गए, तो आप यार्ड पहुँच चुके हैं, ट्रेलर आप हुक कर लिया आ। तो अज का अपना ट्रिप हैगा, अज आप इतों कैम्ब्रिज तो जाना है मॉन्ट्रियल, मॉन्ट्रियल तो क्यूबेक सिटी जाना है, क्यूबेक सिटी तो ट्रेलर चक के फिर आप जॉर्जिया जाना, उतो सीधा ही तो जॉर्जिया तो वापस यार्ड आवेंगे। सो एक ट्रायंगल लोड आ, तो 5 दिन लग जाने आप, कोई 3300-3400 मील का गेड़ा आ। चलते हैं रोड के नाले, करते हैं गल्लां बातां। टाइम हो गए 5:30। सो मॉन्ट्रियल जा रहे हैं, पर आ चौन रूट रुके थे, चाह का टाइम हो गया जी, ता करके चाह लैन रुके थे। इतने आप भुख भी लगी थी, ना रोटी भी खा ली है, रोटी बाद चाह हो जूगी हूँ।
ਇੱਥੋਂ ਆਪਾਂ 3 ਘੰਟੇ ਹੋਰ ਲੱਗਣੇ ਆਪਾਂ ਨੂੰ ਡਰਾਈਵ 'ਤੇ, ਅਤੇ ਉੱਥੇ ਜਾ ਕੇ ਸੋ ਜਾਣਾ ਆ ਅਤੇ ਤੜਕੇ ਉੱਠ ਕੇ ਡਿਲੀਵਰੀ ਕਰ ਦੇਣੀ ਆ ਆਪਾਂ। ਸੋ ਆ ਜਾਓ, ਚਲੋ ਚੱਲਦੇ ਹਾਂ ਜੀ। ਹਾਂਜੀ ਗਾਈ, ਟਾਈਮ ਹੋ ਗਿਆ ਜੀ ਰਾਤ ਦੇ 8:30 ਵੱਜ ਗਿਆ। ਸੋ ਇੱਥੇ ਆਪਾਂ ਪੈਟਰੋ ਦੇ ਗੈਸ ਸਟੇਸ਼ਨ 'ਤੇ ਰਾਤ ਰੁਕੇ ਹੈਗੇ ਆ, ਇੱਥੇ ਸੋਵਾਂਗੇ ਅੱਜ ਆਪਾਂ, ਅਤੇ ਤੜਕੇ ਉੱਠ ਕੇ ਇੱਥੋਂ ਆਪਾਂ ਡਿਲੀਵਰੀ ਕਰਨ ਚੱਲ ਜਾਣਾ ਆ। ਸੋ ਕੱਲ੍ਹ ਆਪਣੀ 7:30 ਤੜਕੇ ਅਪੁਆਇੰਟਮੈਂਟ ਹੈਗੀ ਆ, ਸੋ ਇੱਥੋਂ ਘੰਟੇ ਦੀ ਡਰਾਈਵ 'ਤੇ ਹੈਗੀ ਲੋਕੇਸ਼ਨ। ਸੋ ਆਪਾਂ 5:30 ਜਾਂ 6 ਵਜੇ ਉੱਠਾਂਗੇ ਇੱਥੋਂ, ਅਤੇ ਆਪਾਂ ਫਿਰ ਚੱਲ ਜਾਵਾਂਗੇ ਡਿਲੀਵਰੀ ਕਰਨ। ਸੋ ਹੁਣ ਆਪਾਂ ਡਿਨਰ ਕਰਨ ਲੱਗੇ ਹਾਂ ਜੀ, ਆਪਾਂ ਸਬਜ਼ੀ ਗਰਮ ਕਰਨੀ ਰੱਖ ਦਿੱਤੀ ਹੈਗੀ ਆ, ਅਤੇ ਡਿਨਰ ਕਰਕੇ ਫਿਰ ਆਪਾਂ ਸੋ ਜਾਣਾ ਆ। ਸੋ ਗੁੱਡ ਨਾਈਟ ਗਾਈਸ, ਮਿਲਦੇ ਹਾਂ ਤੁਹਾਨੂੰ ਤੜਕੇ। ਗੁੱਡ ਮੋਰਨਿੰਗ ਗਾਈਸ, ਆਪਾਂ ਡਿਲੀਵਰੀ ਲੋਕੇਸ਼ਨ 'ਤੇ ਪਹੁੰਚ ਚੁੱਕੇ ਹੈਗੇ ਹਾਂ। ਸੋ ਟਰੱਕ ਆਪਾਂ ਬੈਕ ਲਾਤਾ ਆ, ਐਂਡ ਲਾਈਟ ਵੀ ਰੈੱਡ ਹੋ ਚੁੱਕੀ ਆ, ਟਰੱਕ ਆਪਣਾ ਖਾਲੀ ਕਰਨ ਲੱਗ ਗਏ ਹੈਗੇ ਆ, ਅਤੇ ਆਪਾਂ ਨੂੰ ਇੱਕ ਆਹ ਅਲਾਰਮ ਜਿਹਾ ਦਿੱਤਾ ਆ, ਅਤੇ ਜਦੋਂ ਆਪਣਾ ਟਰੱਕ ਖਾਲੀ ਹੋ ਗਿਆ ਇਹਦੇ ਵਿੱਚ ਲਾਈਟਾਂ ਜਿਹੀਆਂ ਜਗਣ ਲੱਗ ਜਾਣੀਆਂ ਅਤੇ ਵੱਜਣ ਲੱਗ ਜਾਣਾ ਆ, ਅਤੇ ਉਦੋਂ ਬਾਅਦ ਆਪਾਂ ਟਰੱਕ ਨੂੰ ਪੁੱਲ ਕਰ ਲੈਣਾ ਆ, ਅਤੇ ਫਿਰ ਆਪਾਂ ਫ੍ਰੀ ਹਾਂ। ਅਤੇ ਉਦੋਂ ਬਾਅਦ ਆਪਾਂ ਸਿੱਧਾ ਪਿਕਅਪ ਲੋਕੇਸ਼ਨ 'ਤੇ ਜਾਣਾ ਆ, ਅਤੇ ਪਿਕਅਪ ਕਰਕੇ ਫ੍ਰੀ ਵਰਕ। ਹਾਂਜੀ, ਸੋ ਆਪਾਂ ਪਿਕਅਪ 'ਤੇ ਪਹੁੰਚ ਗਏ ਹਾਂ। ਸੋ ਇੱਥੇ ਆਪਾਂ ਟ੍ਰੇਲਰ ਸਵਿੱਚ ਕਰਨਾ ਆ। ਸੋ ਇਹ ਵਾਲਾ ਟ੍ਰੇਲਰ ਆਪਾਂ 221 'ਤੇ ਡਰੋਪ ਕਰ ਦੇਣਾ ਆ, ਅਤੇ ਉੱਥੋਂ 3 ਦਾ ਦੂਜਾ ਵੇਅਰ ਹਾਊਸ ਆ ਇੱਥੇ ਸਾਈਡ 'ਤੇ ਨੈਕਸਟ ਰੋਡ 'ਤੇ, ਅਤੇ ਉੱਥੋਂ ਆਪਾਂ ਦੂਜਾ ਟ੍ਰੇਲਰ ਪਿੱਕ ਕਰਕੇ ਉੱਥੇ ਆ 221 ਉਹ ਪਰਾਂ, ਉੱਥੇ ਬੈਕ ਲਾਉਣਾ ਆਪਾਂ ਬਸ ਹੁਣ। ਚਲੋ ਬੈਕ ਲਾਉਣੇ ਆ ਅਤੇ ਦੂਜਾ ਟ੍ਰੇਲਰ ਪਿੱਕ ਕਰਦੇ ਹਾਂ, ਫਿਰ ਅੱਗੇ ਕੰਟੀਨਿਊ ਕਰਦੇ ਹਾਂ। ਹਾਂਜੀ, ਟਾਈਮ ਹੋ ਗਿਆ ਜੀ 7:00, ਅਤੇ ਆਪਾਂ USA ਦਾ ਬਾਰਡਰ ਕ੍ਰੋਸ ਕਰਕੇ USA 'ਚ ਐਂਟਰ ਹੋ ਚੁੱਕੇ ਹਾਂ ਹੁਣ, ਅਤੇ ਇੱਥੋਂ ਆਪਣੀ ਡਿਲੀਵਰੀ ਲੋਕੇਸ਼ਨ ਹੈਗੀ ਆ ਆਲਮੋਸਟ 1200 ਮਾਈਲ ਹੈਗੀ ਆ। ਸੋ ਕੱਲ੍ਹ ਨੂੰ ਰਾਤ ਨੂੰ 2 ਜਾਂ 3 ਵਜੇ ਆਪਾਂ ਪਹੁੰਚ ਜਾਣਾ ਹੈ ਉੱਥੇ, ਅਤੇ ਅੱਜ ਦਾ ਵਲੋਗ ਆਪਾਂ ਇੱਥੇ ਹੀ ਐਂਡ ਕਰਦੇ ਹੈਗੇ ਹਾਂ। ਸੋ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਸਬਸਕ੍ਰਾਈਬ ਕਰ ਦਿਓ।